ਸਟਾਰ ਹੈਗੇ, ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਪਾਨ ਦੇ ਵਿੱਚ ਜਿਹੜੇ ਜੰਗਲਾਂ 'ਚ ਜਾ ਕੇ ਕਈ ਜਿਹੜੇ ਯੰਗ ਬੱਚੇ ਹੈਗੇ ਆ ਉਹ ਸੂਸਾਈਡ ਕਰ ਲੈਂਦੇ ਆ। ਸੋ ਉਹਨਾਂ ਨੇ ਕਹਿੰਦੇ ਵੀ ਮੈਂ ਅਵੇਅਰਨੈਸ ਕਰਨ ਦੇ ਲਈ ਜਿਹੜੀ ਜਿਹੜੇ ਜਿੰਨੇ ਉਹਦੇ ਸਰੋਤੇ ਹੈਗੇ ਆ ਉਹਨਾਂ ਦੇ ਲਈ ਵੀਡੀਓ ਅਪਲੋਡ ਕੀਤੀ ਸੀ ਵੀ ਜੇ ਕੋਈ ਸੂਸਾਈਡ ਕਰਨ ਦੀ ਸੋਚ ਵੀ ਰਿਹਾ ਆ ਤੇ ਉਹਨੂੰ ਪਹਿਲਾਂ ਹੈਲਪ ਕਰ ਲੈਣੀ ਚਾਹੀਦੀ ਆ, ਆਪਣੀ ਡਾਕਟਰ ਦੇ ਕੋਲੋਂ ਜਾਂ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀਦੀ ਆ। ਤੇ ਨਾਲ ਦੀ ਨਾਲ ਉਹਨਾਂ ਨੇ ਵੀਡੀਓ ਤੇ ਇਹ ਵੀ ਕਿਹਾ ਸੀ ਵੀ ਮੈਂ ਇਹਦੇ ਉੱਤੇ ਇਸ ਵੀਡੀਓ ਤੋਂ ਕਿਸੇ ਤਰ੍ਹਾਂ ਦੀ ਜਿਹੜੀ ਮਨੀ ਐਡਵਰਟਾਈਜ਼ਮੈਂਟ ਨਹੀਂ ਵਰਤਣੀ ਹੈਗੀ। ਪਰ ਉਹਦਾ ਵਿਰੋਧ ਬਹੁਤ ਹੋਇਆ ਵੀ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਆ ਉਸ ਨੂੰ ਜਿਹੜੀ ਆ ਲੋਗਨ ਪੌਲ ਨੂੰ ਨਹੀਂ ਅਪਲੋਡ ਕਰਨੀ ਚਾਹੀਦੀ ਸੀ, ਹੁਣ ਉਸ ਨੇ ਜਿਹੜੀ ਇਹ ਯੂਟਿਊਬ ਆ ਉਹ ਰਿਮੂਵ ਕਰ ਦਿੱਤੀ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਦੱਸ ਜਾਈਏ ਵੀ ਇਹ ਅਜਿਹੇ ਯੂਟਿਊਬਰ ਨੇ ਜੋ ਆਪਣੇ ਵਿਊਜ਼ ਦੇ ਲਈ ਅਤੇ ਕਿਉਂਕਿ ਇਹ ਸਟਾਰ ਹੀ ਸਿਰਫ ਯੂਟਿਊਬ ਦੇ ਜਿਹੜੇ ਆ ਸਿਰ ਦੇ ਉੱਤੇ ਬਣੇ ਹੋਏ ਨੇ, ਇਹਦਾ ਭਰਾ ਹੋਰ ਬਹੁਤ ਸਾਰੇ ਅਣਗਿਣਤ ਜਿਹੜੇ ਯੂਟਿਊਬਰ ਆ ਇੱਦਾਂ ਦੇ ਜਿਹੜੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਬਗੈਰ ਕਿਸੇ ਦੀ ਰਾਏ ਲਏ ਆਪਣੇ ਪੱਧਰ ਦੇ ਉੱਤੇ, ਕਿਉਂਕਿ ਤੁਸੀਂ ਕਿਸੇ ਦੀ ਲਾਸ਼ ਇਸ ਤਰੀਕੇ ਦੇ ਨਾਲ ਦਿਖਾਉਂਦੇ ਹੋ, ਕੀ ਪਤਾ ਉਹ ਕਿਹਦਾ ਰਿਸ਼ਤੇਦਾਰ ਆ, ਕਿਹਦੇ ਜਾਣ ਪਛਾਣ ਦਾ ਆ, ਕਿਸੇ ਨੂੰ ਉਸਦੇ ਬਾਰੇ ਪਤਾ ਹੋਵੇ ਨਾ ਪਤਾ ਹੋਵੇ, ਬਹੁਤ ਕੁਛ ਸਾਈਕੋਲੋਜੀਕਲ ਇਸ ਦੇ ਨਾਲ ਜਿਹੜਾ ਜੁੜਿਆ ਹੁੰਦਾ ਆ। ਸਿਰਫ ਤੋਂ ਸਿਰਫ ਵਿਊਜ਼ ਦੇ ਲਈ ਜਦੋਂ ਇੱਦਾਂ ਕਰਦੇ ਨੇ ਅਜਿਹੇ ਲੋਕ ਤਾਂ ਬਹੁਤ ਜਿਹੜਾ ਗੁੱਸਾ ਹੁੰਦਾ। ਅਤੇ ਹਰਜੋਤ ਸਿੰਘ ਜੀ, ਇਹੀ ਨਹੀਂ, ਇਹ ਜਿਹੜੇ ਭਰਾ ਹੈਗੇ ਨੇ ਜਿਹੜੇ ਯੂਟਿਊਬਰ ਨੇ ਜਿਹੜੇ ਪਾਵਰ ਬ੍ਰਦਰ, ਇਹਨਾਂ ਦੇ ਖਿਲਾਫ਼ ਹੋਰ ਵੀ ਬਹੁਤ ਸਾਰੇ ਯੂਟਿਊਬਰ ਇਹਨਾਂ ਦਾ ਕਈ ਤਰੀਕੇ ਦੇ ਨਾਲ ਪਰਦਾਫਾਸ਼ ਕਰਦੇ ਰਹਿੰਦੇ ਆ ਵੀ ਇਹ ਕਰੀ ਕੇ ਜਾਂਦੇ ਆ। ਜਿਹੜਾ ਇਹਦਾ ਛੋਟਾ ਭਰਾ ਆ ਹਰਜੋਤ ਸਿੰਘ ਜੀ, ਨਹੀਂ ਉਹ ਵੀ ਇਹੀ ਕੰਮ ਕਰਦਾ ਆ, ਉਹ ਐਲਏ ਦੇ ਇੱਕ ਇਲਾਕੇ ਦੇ ਵਿੱਚ ਜਾ ਕੇ ਰਹਿੰਦਾ ਆ। ਉਹਨੇ ਆਪਣੇ ਵੱਲੋਂ ਜਿਹੜੇ ਇੱਕ ਐਸੀ ਚੀਜ਼ ਜਿਹੜੀ ਬਣਾਈ ਹੋਈ ਆ ਵੀ ਬਾਕੀ ਹੋਰ ਯੂਟਿਊਬਰ ਉਸ ਦੇ ਨਾਲ ਆ ਕੇ ਰਹਿੰਦੇ ਆ, ਬਸ ਹੜਕੰਪ ਮਚਾਇਆ ਰੱਖਦੇ ਆ। ਉਹਨਾਂ ਨੇ ਸਵਿਮਿੰਗ ਪੂਲ ਦੇ ਵਿੱਚ 30-30 ਫੁੱਟੀ ਉੱਚੀ ਜਿਹੜੀ ਬੋਨਫਾਇਰ ਜਿਹੜੀ ਆ ਅੱਗ ਜਿਹੜੀ ਲਾਈ ਸੀਗੀ, ਉਦੋਂ ਉੱਥੋਂ ਦੇ ਲੋਕ ਇੰਨੇ ਕੁ ਜ਼ਿਆਦਾ ਦੁਖੀ ਨੇ ਵੀ ਨਿੱਤ ਆਏ ਦਿਨ ਜਿਹੜੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਉਹ ਘਰ ਰੈਂਟ ਦਿੱਤਾ ਹੋਇਆ ਆ ਉਹ ਵੀ ਹੁਣ ਪਛਤਾ ਰਹੇ ਨੇ ਵੀ ਅਸੀਂ ਇਹਨਾਂ ਨੂੰ ਕਿਉਂ ਦਿੱਤਾ ਹੋਇਆ। ਇਹਨਾਂ ਨੇ ਆਪਣੇ ਵਿਊਜ਼ ਦੇ ਲਈ ਲੋਕਾਂ ਦਾ ਜਿਹੜਾ ਸਮਾਂ ਬਰਬਾਦ ਕਰਨ ਦੇ ਲਈ ਅਤੇ ਲੋਕਾਂ ਦੇ ਜਿਹੜੇ ਇਹ ਵਿਊਜ਼ ਤੋਂ ਜਿਹੜੇ ਪੈਸੇ ਬਣਾ ਕੇ ਇਹ ਪੁੱਠੇ ਕੰਮ ਜਿਹੜੇ ਕਰਨ ਲੱਗੇ ਰਹਿੰਦੇ ਆ, ਇਹਨਾਂ ਦੇ ਉੱਤੇ ਵੀ ਲੋਕਾਂ ਨੂੰ ਠੱਲ ਪਾਉਣੀ ਚਾਹੀਦੀ। ਗੱਲ ਕੀ ਆ ਵੀ ਇਹ ਜਿਹੜੇ ਯੰਗਸਟਰਸ ਆ ਉਹਨਾਂ ਨੂੰ ਬਹੁਤ ਭੈੜੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ। ਬਿਲਕੁਲ, ਸੋ ਜਿਹੜੇ ਲੋਗਨ ਪੌਲ ਆ ਇਹ ਬਹੁਤ ਸਾਰੇ ਜਿਹੜੇ ਅਡਲਟ ਆ ਉਹਨਾਂ ਨੇ ਨਾਂ ਸੁਣਿਆ ਨਹੀਂ ਹੋਊ ਅਤੇ ਮੈਂ ਵੀ ਪਹਿਲੀ ਵਾਰੀ ਨਾਮ ਇਹਦਾ ਸੁਣਿਆ ਹੈਗਾ। ਕਹਿੰਦੇ ਵੀ ਜੇ ਤੁਸੀਂ 25 ਸਾਲ ਤੋਂ ਉੱਪਰ ਆ ਤੇ ਤੁਹਾਨੂੰ ਇਹਦੇ ਬਾਰੇ ਬਾਹਲਾ ਨਹੀਂ ਪਤਾ ਹੈਗਾ, ਪਰ ਇਹਦੇ 15 ਮਿਲੀਅਨ ਸਬਸਕ੍ਰਾਈਬਰ ਹੈਗੇ ਆ ਯੂਟਿਊਬ ਦੇ ਉੱਤੇ। ਤੇ ਕਹਿੰਦੇ ਜਿਹੜੀ ਵੀ ਕੋਈ ਇਹ ਯੂਟਿਊਬ ਜਿੱਦਾਂ ਅਪਲੋਡ ਕਰਦਾ ਡੇਲੀ ਲਾਈਕ 5 ਮਿਲੀਅਨ ਵਿਊ ਇਹਦੇ ਹੋ ਜਾਂਦੇ ਹੈਗੇ। ਇਹੀ ਇਹਨਾਂ ਨੇ ਜਿਹੜਾ ਇੱਕ ਧੰਦਾ ਜਿਹੜਾ ਬਣਾਇਆ ਹੋਇਆ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਛੋਟੇ ਛੋਟੇ ਉਮਰ ਦੇ ਬੱਚਿਆਂ ਦੇ ਉੱਤੇ ਇਸ ਦਾ ਬਹੁਤ ਭੈੜਾ ਅਸਰ ਪੈਂਦਾ ਆ। ਇਹ ਪੁੱਠੇ ਪੁੱਠੇ ਕੰਮ ਕਰਦੇ ਆ, ਪ੍ਰੈਂਕ ਕਰਦੇ ਆ, ਬਸ ਉਹੀ ਕੰਮ ਜਿਹੜੇ ਬਾਅਦ ਚ ਨਿਆਣੇ ਦੇਖ ਕੇ ਉਹ ਕਰਦੇ ਨੇ ਤੇ ਫਿਰ ਜਿਹੜਾ ਗਲਤ ਰਾਹੇ ਵੀ ਕਈ ਜਿਹੜੇ ਬੰਦੇ ਉਹ ਪੈ ਜਾਂਦੇ ਨੇ ਤੇ ਕਈ ਵਾਰੀ ਜਿਹੜਾ ਹਾਸੇ ਦਾ ਮੜਾਸਾ ਜਿਸ ਨੂੰ ਕਿਹਾ ਜਾਂਦਾ ਆ ਵੀ ਉਹ ਚੀਜ਼ ਬਣ ਜਾਂਦੀ ਹੈ। ਸੋ ਮੇਕ ਸ਼ੋਰ ਕਿਹਾ ਕਰੋ ਵੀ ਤੁਹਾਡੇ ਨਿਆਣੇ ਵੀ ਕਿਹੜੀਆਂ ਲੋਕਾਂ ਨੂੰ ਕਿੱਦਾਂ ਜਿਹੜਾ ਉਹ ਵਾਚ ਜਿਹੜੇ ਉਹ ਕਰ ਰਹੇ ਨੇ, ਉਹਨਾਂ ਦੀ ਭਾਸ਼ਾ ਤੋਂ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਆ ਕਿੱਦਾਂ ਦੀਆਂ ਉਹ ਹਰਕਤਾਂ ਕਰਨ ਲੱਗ ਜਾਂਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹ ਪਤਾ ਲੱਗਣ ਲੱਗ ਜਾਂਦਾ ਆ ਵੀ ਕੁਛ ਅਜਿਹੇ ਅਨਸਰਾਂ ਦਾ ਜਿਹੜਾ ਇਹਨਾਂ ਬੱਚਿਆਂ ਦੇ ਉੱਤੇ ਪ੍ਰਭਾਵ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਆ। ਸੋ ਸੁਚੇਤ ਰਿਹਾ ਕਰੋ ਜਿੰਨੇ ਵੀ ਜਿਹੜੇ ਮਾਪੇ ਹੈਗੇ ਜੀ। ਅਗਲੀ ਖਬਰ ਆ ਲਾਈਏ, ਨਿਊਯਾਰਕ ਦੇ ਵਿੱਚ ਬ੍ਰੋਂਕਸ ਵਿਖੇ ਅੱਜ ਜਿਹੜੀ ਆ ਸਵੇਰੇ 5:30 ਵਜੇ ਇੱਕ ਫਰਨੀਚਰ ਦਾ ਸਟੋਰ ਆ, 4-story ਸਟੋਰ ਆ, ਉਹਦੇ ਵਿੱਚ ਅੱਗ ਲੱਗ ਗਈ ਤੇ 7 ਜਿਹੜਾ ਅਲਾਰਮ ਫਾਇਰ ਇਸ ਨੂੰ ਕਿਹਾ ਗਿਆ ਤੇ 23 ਦੇ ਕਰੀਬ ਜਿਹੜੇ ਲੋਕ ਆ ਫੱਟੜ ਹੋਏ ਆ। ਇਸ ਤੋਂ ਕੁਛ ਦਿਨ ਪਹਿਲਾਂ ਵੀ ਇੱਕ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਅੱਗ ਲੱਗੀ ਸੀ ਤੇ ਉਹਦੇ ਵਿੱਚ ਮੌਤਾਂ ਵੀ 12 ਦੇ ਕਰੀਬ ਮੌਤਾਂ ਹੋ ਗਈਆਂ ਸੀ। ਉਦੋਂ ਵੀ ਬਹੁਤ ਜ਼ਿਆਦਾ ਜਿਹੜਾ ਮਾੜਾ ਅਸਰ ਹੋਇਆ ਸੀ, ਬਿਲਕੁਲ ਨਵੇਂ ਸਾਲ ਦੇ ਮੌਕੇ ਦੇ ਉੱਤੇ ਅਜਿਹਾ ਉਦੋਂ ਇਹ ਘਟਨਾ ਜਿਹੜੀ ਉਹ ਵਾਪਰੀ ਸੀਗੀ। 200 ਤੋਂ ਵੱਧ ਹਰਜੋਤ ਸਿੰਘ ਜੀ ਫਾਇਰ ਫਾਈਟਰ ਜਿਹੜੇ ਅੱਗ ਨੂੰ ਬੁਝਾਉਣ ਦੇ ਵਿੱਚ ਜਿਹੜੇ ਉੱਥੇ ਲੱਗੇ ਹੋਏ ਆ। 22 ਜਾਣੇ ਜਿੱਦਾਂ ਤੁਸੀਂ ਦੱਸਿਆ ਜਿਹੜੇ ਜ਼ਖਮੀ ਇਸ ਚੀਜ਼ ਦੇ ਵਿੱਚ, 23 ਜਾਣੇ ਜਿਹੜੇ ਜ਼ਖਮੀ ਹੋਏ ਨੇ ਜਿਹਨਾਂ ਵਿੱਚ ਫਾਇਰ ਫਾਈਟਰ ਵੀ ਇੱਕ ਫਾਇਰ ਫਾਈਟਰ ਵੀ ਆ। ਸੋ ਹੋਪਫੁਲੀ ਜਿਹੜਾ ਜੀ ਉਹ ਬਚਾਅ ਜਿਹੜਾ ਰਹੇ ਤਾਂ ਚੰਗੀ ਗੱਲ ਆ, ਅਤੇ ਪਰ ਅਜਿਹੀਆਂ ਘਟਨਾਵਾਂ ਰਹਿ ਰਹਿ ਕੇ ਜਿਹੜੀਆਂ ਫਿਰ ਵਾਪਰ ਰਹੀਆਂ ਆ। ਪਿਛਲੀ ਵਾਰੀ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਬ੍ਰੋਂਕਸ ਦੇ ਵਿੱਚ ਅੱਗ ਲੱਗੀ ਸੀ ਉਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਇੱਕ ਨਿਆਣਾ ਸਟੋਵ ਦੇ ਨਾਲ ਖੇਡ ਰਿਹਾ ਸੀ, ਜਿਸ ਕਰਕੇ ਉਹ ਅਚਾਨਕ ਉੱਥੇ ਅੱਗ ਲੱਗ ਗਈ ਅਤੇ ਇੰਨੀ ਕੁ ਜ਼ਿਆਦਾ ਅੱਗ ਮੱਚ ਗਈ ਵੀ ਉਸ ਦੇ ਉੱਤੇ ਕਾਬੂ ਹੀ ਜਿਹੜਾ ਜਲਦੀ ਕਿਤੇ ਨਹੀਂ ਪਾਇਆ ਗਿਆ ਅਤੇ ਕਈ ਲੋਕਾਂ ਦੀ ਜਿਹੜੀ ਆ
ਉਹ ਜਾਨ ਲੈ ਗਈ ਸੀ ਉਹ ਅੱਗ। ਸੋ ਧਿਆਨ ਜਿਹੜਾ ਸਾਰਿਆਂ ਨੂੰ ਰੱਖਣਾ ਚਾਹੀਦਾ ਆ। ਕੱਲ ਇੱਕ ਹੋਰ ਮੈਂ ਹਰਜੋਤ ਸਿੰਘ ਜੀ ਪੜ੍ਹ ਰਿਹਾ ਸੀ, ਜਿਹੜੇ ਆਪਾਂ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਕ੍ਰਿਸਮਸ ਟ੍ਰੀ ਜਿਹੜੇ ਲਿਆ ਕੇ ਰੱਖਦੇ ਨੇ, ਜਿਹੜੇ ਕਿਉਂਕਿ ਬਿਲਕੁਲ ਸੁੱਕੇ ਹੁੰਦੇ ਨੇ ਜੀ, ਕਹਿੰਦੇ ਤੁਹਾਡੇ ਕੋਲ ਉਸ ਨੂੰ ਜੇ ਰੱਬ ਨਾ ਕਰੇ ਜੇ ਉਹ, ਕਿਉਂਕਿ ਆਲੇ ਦੁਆਲੇ ਆਪਾਂ ਇਲੈਕਟ੍ਰੀਕਲ ਲਾਈਟਾਂ ਵੀ ਲਾਈਆਂ ਹੁੰਦੀਆਂ, ਬਹੁਤ ਕੁਛ ਲਾਇਆ ਹੁੰਦਾ ਆ, ਜੇ ਚੰਗਿਆੜੀ ਦੇ ਨਾਲ ਮਾੜੀ ਜੀ ਵੀ ਉਹ ਅੱਗ ਜਿਹੜੀ ਉਹ ਫੈਲ ਜਾਂਦੀ ਆ, ਲੱਗ ਜਾਂਦੀ ਆ, ਤਾਂ ਕਹਿੰਦੇ 30 ਸਕਿੰਟ ਵੀ ਨਹੀਂ ਲੱਗਦੇ ਪੂਰੇ ਦੇ ਪੂਰਾ ਜਿਹੜਾ ਆ ਉਹ ਅੱਗ ਮਚਣ ਦੇ ਲਈ। ਸੋ ਬਹੁਤ ਧਿਆਨ ਦੇ ਨਾਲ ਤੁਸੀਂ ਕੋਈ ਅਜਿਹੀਆਂ ਚੀਜ਼ਾਂ ਘਰਾਂ ਦੇ ਵਿੱਚ ਰੱਖਦੇ ਹੋ ਜਿਹੜੀਆਂ ਇਨਫਲੇਮੇਬਲ ਹੁੰਦੀਆਂ ਆ, ਉਹਨਾਂ ਦਾ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਆ। ਮੇਕ ਸ਼ੋਰ ਕਰੋ ਵੀ ਫਾਇਰ ਹੈਜ਼ਰਡ ਜਿਹੜਾ ਆ ਉਸ ਤਰੀਕੇ ਦੇ ਨਾਲ ਨਾ ਉਹ ਬਣ ਸਕੇ। ਹਾਂ ਚਲੋ ਸੈਲੀਬ੍ਰੇਸ਼ਨ ਕਰਦੇ ਹੋ, ਚੰਗੀ ਗੱਲ ਆ, ਕਰੋ ਤੁਸੀਂ ਜਿੰਨਾ ਜਿੰਨਾ ਨੇ ਵੀ ਕਰਨੀ ਆ, ਪਰ ਇਹ ਚੀਜ਼ਾਂ ਦਾ ਵੀ ਨਾਲ ਦੇ ਨਾਲ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ। ਜੀ ਬਿਲਕੁਲ। ਇੱਕ ਜਿਹੜੀ ਹੋਰ ਖਬਰ ਬਿਜ਼ਨਸ ਦੇ ਨਾਲ ਰਿਲੇਟਡ ਰਾਜਕਨਵੀਰ ਸਿੰਘ ਜੀ ਆ ਰਹੀ ਆ, ਕਹਿੰਦੇ ਪਏ ਐਮਾਜ਼ੋਨ ਜਿਹੜਾ ਆ ਇਸ ਸਾਲ ਉਹ ਟਾਰਗੇਟ ਨੂੰ ਬਾਈ ਕਰਨ ਜਾ ਰਿਹਾ ਹੈਗਾ। ਬੱਲੇ ਬੱਲੇ ਹੋਲ ਫੂਡ ਨੂੰ ਆਲਰੇਡੀ ਉਹ ਬਾਈ ਕਰ ਚੁੱਕੇ ਨੇ, ਤੇ ਇਹ ਸੈਕਿੰਡ ਹੈੱਡਕੁਆਟਰ ਜਿਹੜਾ ਆ ਉਹ ਬਣਾਉਣ ਦੇ ਤਾਂਗ ਦੇ ਵਿੱਚ ਨੇ, ਤੇ ਇਸ ਟਾਈਮ ਵਨ ਆਫ ਦਾ ਜਿਹੜੀ ਸਭ ਤੋਂ ਵੱਡੀ ਜਿਹੜੀ ਈ ਕਾਮਰਸ ਕੰਪਨੀ ਜਿਹੜੀ ਉਹ ਬਣ ਚੁੱਕੀ ਆ। ਈਬੇ ਪਹਿਲੋਂ ਕਿਸੇ ਟਾਈਮ ਦੇ ਉੱਤੇ ਹੁੰਦੀ ਸੀ, ਪਰ ਜਿੰਨੀ ਹੁਣ ਖਰੀਦੋ ਫਰੋਖਤ ਐਮਾਜ਼ੋਨ ਤੋਂ ਜਿਹੜੀ ਹੋ ਰਹੀ ਆ ਉਹ ਤੁਹਾਡੇ ਘਰਾਂ ਦੇ ਵਿੱਚ ਆਪ ਹੀ ਤੁਸੀਂ ਦੇਖਦੇ ਹੋ, ਡੱਬਾ ਆਇਆ ਹੀ ਰਹਿੰਦਾ ਕੋਈ ਨਾ ਕੋਈ ਵੀ ਮੈਨੂੰ, ਮੈਂ ਤਾਂ ਜਦੋਂ ਇਹ ਦੇਖਦਾ ਮੈਂ ਇਹ ਸੋਚਦਾ ਹੁੰਦਾ ਵੀ ਇਹ ਡੱਬੇ ਜਾਂਦੇ ਕਿੱਥੇ ਆ ਬਾਹਰ ਦੇ ਵਿੱਚ, ਰਾਈਟ, ਵੀ ਇੰਨਾ ਡੱਬਾ ਕੋਈ ਇੰਨੀ ਕੁ ਛੋਟੀ ਜਿਹੀ ਚੀਜ਼ ਆਉਣੀ ਤਾਂ ਏਡਾ ਵੱਡੇ ਡੱਬੇ ਦੇ ਵਿੱਚ ਉਹਨਾਂ ਨੇ ਘੱਲੀ ਹੁੰਦੀ ਆ। ਵੀ ਤੁਸੀਂ ਇਹ ਵੀ ਦੇਖੋ ਵੀ ਨਾਲੇ ਇਹ ਹੋਰ ਚੀਜ਼ਾਂ ਦੇ ਵਿੱਚ ਪੋਲਿਊਸ਼ਨ ਵੀ ਕਿੰਨਾ ਕ੍ਰੀਏਟ ਹੋ ਰਿਹਾ ਆ, ਵੀ ਗੰਦਗੀ ਵੀ ਜਿਹੜੀ ਨਾਲ ਨਾਲ ਆ, ਡੈਫੀਨੇਟਲੀ ਉਹ ਰੀਸਾਈਕਲੇਬਲ ਹੁੰਦੇ ਆ, ਸਾਰਾ ਕੁਛ ਹੁੰਦਾ ਆ, ਪਰ ਫਿਰ ਵੀ ਜਿਹੜਾ ਖਲਾਰਾ ਜਿਹੜਾ ਕਾਫੀ ਪੈਂਦਾ ਆ। ਪਰ ਜਿਸ ਤਰੀਕੇ ਨਾਲ ਐਮਾਜ਼ੋਨ ਇੰਨੀ ਕੁ ਵੱਡਾ ਦੈਂਤ ਬਣਦਾ ਜਾ ਰਿਹਾ, ਜਾਇੰਟ ਦੈਂਤ, ਚਲੋ ਕੀ ਕਹਿਣਾ, ਜਿਹੜਾ ਜਾਇੰਟ ਬਣ ਰਿਹਾ ਆ, ਵੀ ਉਸਨੇ ਹੋਰ ਬਹੁਤ ਸਾਰੇ ਜਿਹਨੂੰ ਆਪਾਂ ਮੋਮ ਪੋਪ ਸ਼ਾਪਸ ਕਹਿੰਦੇ ਆ ਆਲੇ ਦੁਆਲੇ, ਉਹ ਉਸਨੂੰ ਨਿਕਲਦਾ ਜਾ ਰਿਹਾ ਨਾਲ ਦੀ ਨਾਲ। ਜਿਹੜੀ ਸਾਡਾ ਬ੍ਰੇਕ ਦਾ ਸਮਾਂ ਵੀ ਹੋਣ ਵਾਲਾ, ਜਿਹੜੀ ਅਗਲੀ ਖਬਰ ਆ ਕੱਲ ਜਿੱਦਾਂ ਥੋੜੇ ਘੰਟੇ ਪਹਿਲਾਂ ਅੱਜ ਤੋਂ USA ਦਾ ਜਿਹੜਾ ਇਮੀਗ੍ਰੇਸ਼ਨ ਦਾ ਕੰਪਿਊਟਰ ਸਿਸਟਮ ਆ ਉਹ ਕਰੈਸ਼ ਹੋ ਗਿਆ, ਤੇ ਜਿਹੜੇ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਕਾਫੀ ਲੰਮਾ ਸਮਾਂ ਜਿਹੜੀ ਆ ਉੱਥੇ ਦੇ ਲੋਕ ਜਿਹੜੇ ਆ ਉਹਨਾਂ ਨੂੰ ਵੇਟ ਕਰਨੀ ਪਈ, ਕਿਉਂਕਿ ਉੱਥੇ ਉਹ ਚੈੱਕ ਹੀ ਨਹੀਂ ਕਰ ਸਕਦੇ ਸੀ ਕੁਛ ਵੀ ਹੋ ਰਿਹਾ ਜੀ। ਸੋ 2 ਘੰਟੇ ਦੇ ਕਰੀਬ ਕਹਿੰਦੇ ਵੀ ਜਿਹੜਾ ਉਹਨਾਂ ਦਾ ਕੰਪਿਊਟਰ ਆ USCIS ਦਾ ਉਹ ਕਰੈਸ਼ ਰਿਹਾ, ਤੇ ਕਾਫੀ ਕਹਿੰਦੇ ਵੀ ਉਹਦੇ ਤੇ ਅਟੈਕ ਕੀਤਾ ਗਿਆ, ਇੰਡੀਕੇਸ਼ਨ ਹੈ, ਪਰ ਕਹਿੰਦੇ ਇੰਡੀਕੇਸ਼ਨ ਹੈ ਨਹੀਂ ਭਈ ਕਿਸੇ ਤਰ੍ਹਾਂ ਦੀ ਮਲੇਸ਼ੀਅਸ ਉਹਦੇ ਤੇ ਅਟੈਕ ਹੋਇਆ ਹੋਵੇ, ਪਰ ਕਿਤੇ ਗੜਬੜ ਹੋ ਗਈ ਉਹਨਾਂ ਦਾ, ਪਰ ਫੇਰ ਵੀ ਐਡੀ ਵੱਡੀ ਜਿਹੜੀ ਏਜੰਸੀ ਆ ਉਹਦਾ ਕੰਪਿਊਟਰ ਜਿਹੜਾ ਕਰੈਸ਼ ਹੋਣਾ ਇੱਕ ਬਹੁਤ ਹੀ ਜਿਹੜੀ ਖਤਰੇ ਵਾਲੀ ਗੱਲ ਹੈਗੀ ਆ, ਤੇ ਪੂਰੇ ਜਿੱਦਾਂ ਨਿਊਯਾਰਕ ਦੇ ਵਿੱਚ ਤਾਂ ਤੁਸੀਂ ਮਤਲਬ ਇਹ ਸੋਚੋ ਵੀ ਬੰਦਾ ਕਰ ਹੀ ਕੁਛ ਨਹੀਂ ਸਕਦਾ ਜੇ ਤੁਹਾਡੇ ਉੱਥੇ ਹੈ ਹੀ ਨਹੀਂ, ਤੁਹਾਡੇ ਕੰਪਿਊਟਰ ਨਹੀਂ ਚੱਲ ਰਹੇ, ਨਾ ਬੰਦਾ ਇੱਥੋਂ ਮੁਲਕ ਦੇ ਵਿੱਚ ਆ ਸਕਦਾ, ਨਾ ਮੁਲਕ ਤੋਂ ਬਾਹਰ ਜਾਣ ਜੋਗਾ। ਸੋ ਬੇਸਿਕਲੀ ਸਭ ਕੁਛ ਕੰਪਿਊਟਰ ਦੇ ਸਹਾਰੇ ਜਿਹੜਾ ਆ ਉਹ ਚੱਲਦਾ ਆ। ਸੋ ਧਿਆਨ ਰੱਖਣ ਦੀ ਜਿਹੜੀ ਆ ਇਹਨਾਂ ਨੂੰ ਵੀ ਜ਼ਰੂਰਤ ਹੈਗੀ ਆ ਵੀ ਆਪਣੇ ਜਿਹੜੇ ਸਿਸਟਮ ਆ ਉਹਨਾਂ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਜਿਹੜਾ ਆ ਉਹ ਬਣਾਇਆ ਜਾਵੇ। ਅਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਪ੍ਰੋਗਰਾਮ ਅਪਡੇਟ ਅਮੈਰੀਕਾ ਇੱਦਾਂ ਹੀ ਚੱਲਦਾ ਰਹੇਗਾ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ, ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ, ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜਵੈਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ ਚ ਟੌਰ ਬਣ ਜਾਊਗੀ। ਬੱਗਾ ਜਵੈਲਰ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ, ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842, 916-912-8842, ਪਤਾ ਨੋਟ ਕਰੋ 6930 65th Street, ਨੰਬਰ 115, ਚਾਈਨਾ ਟਾਊਨ ਸੁਪਰ ਮਾਰਕੀਟ, ਸੈਕਰਾਮੈਂਟੋ, ਫੋਨ ਨੰਬਰ 916-912-8842, 9169128842, ਬੱਗਾ ਜਵੈਲਰਸ ਸੈਕਰਾਮੈਂਟੋ।
ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨੀ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਓ ਦਵਾਈ ਨੀ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਓ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ, ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ ਚ, ਫੋਨ ਖੜਕਾ ਦਵਾਈ ਅਗਲਿਆਂ ਘਰ ਦੇ ਜਾਣੀਆਂ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਿਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 9165757877 ਸਤਰੀਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 to 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਇੰਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ, ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸਾਂਭਿਆ ਜਾਣਾ। ਮਿਰਾਜ ਫੋਰ ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲੋ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 to 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ No. 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਅੰਸ। ਫਾਰ ਮੋਰ ਇਨਫੋਰਮੇਸ਼ਨ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਹਾਂਜੀ, ਕੀ ਗੱਲ? ਮਾਨਦਾਰ ਤਸੱਲੀ ਬਖਸ਼, ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6037। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 to 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੋਬ ਪਲੇਸਮੈਂਟ ਦੀ ਪੂਰੀ ਗਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ, ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੋਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115, ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਜੇਕਰ ਅਜੇ ਵੀ ਤੁਸੀਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ, ਜਾਂ ਫਿਰ ਤੁਸੀਂ ਆਪਣੀ ਇੰਸ਼ੋਰੈਂਸ ਦੀ ਸਸਤੀ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ, ਤਾਂ ਇਹ ਸਭ ਸੇਵਾਵਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ। 2018 ਦੇ ਵਿੱਚ ਜੇਕਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ, ਤਾਂ ਅਗਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪਵੇਗੀ। 2018 ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਪਲਾਨਸ ਦੇ ਰੇਟ ਤਬਦੀਲ ਕੀਤੇ ਹਨ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਨਵੀਂ ਐਪਲੀਕੇਸ਼ਨ ਭਰਨੀ ਹੋਵੇ, ਚੱਲ ਰਹੀ ਪਲਾਨ ਨੂੰ ਚੇਂਜ ਕਰਨਾ ਹੋਵੇ, ਜਾਂ ਹੋਰ ਪਲਾਨ ਦੇ ਰੇਟ ਚੈੱਕ ਕਰਨੇ ਹੋਣ, ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 4082722500। ਸਿੱਧੀ ਸਾਦੀ ਜੱਟੀ ਸਾਡੀ, ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਹੈਗਾ ਹੋਰ ਆਪਾਂ ਜਿਹੜੇ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਰਿਲੇਟਡ ਜਿਹੜੀਆਂ ਖਬਰਾਂ ਹੈ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਮਰੀਕਾ ਦੇ ਵਿੱਚ ਨਿਊ ਜਰਸੀ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਸਿੱਖ ਜਿਹੜੇ ਦਸਤਾਰਧਾਰੀ ਸਿੱਖ ਆ ਉਹਨਾਂ ਨੇ ਮੇਅਰ ਦੀ ਜਿਹੜੀ ਰਵੀ ਭੱਲਾ ਉਹਨਾਂ ਨੇ ਸਹੁੰ ਚੁੱਕ ਲਈ ਹੈਗੀ ਆ ਬਿਲਕੁਲ ਹੋਬੋਕਨ ਨਿਊ ਜਰਸੀ ਦੇ ਵਿੱਚ। ਬਿਲਕੁਲ ਕਹਿੰਦੇ ਆਪਣੀ 2 ਸਾਲਾਂ ਦੀ ਛੋਟੀ ਕੁੜੀ ਨੂੰ ਨਾਲ ਲੈ ਕੇ ਗਏ ਸੀਗੇ ਜਦੋਂ ਮੇਅਰ ਦੀ ਇਨੋਗਰੇਸ਼ਨ ਜਿਹੜੀ ਉੱਥੇ ਹੋਣੀ ਸੀਗੀ ਤੇ ਰਵੀ ਭੱਲਾ ਨੂੰ ਤੇ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਉੱਥੋਂ ਦੇ ਲੋਕਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਨਵੇਂ ਮੇਅਰ ਆਏ ਆ ਹੋਪਫੁਲੀ ਉਹ ਆਪਣੇ ਜਿਹੜੀ ਉੱਥੋਂ ਦੀ ਕਮਿਊਨਿਟੀ ਦੇ ਲਈ ਵਧੀਆ ਜਿਹੜਾ ਉਹ ਕੰਮ ਕਰਨਗੇ ਕਿਉਂਕਿ ਯਾਦ ਹੋਵੇਗਾ ਜਦੋਂ ਇਲੈਕਸ਼ਨ ਤੋਂ 1-2 ਦਿਨ ਪਹਿਲਾਂ ਕਿਸੇ ਨੇ ਇਹਨਾਂ ਨੂੰ ਅੱਤਵਾਦੀ ਲਿਖ ਕੇ ਜਿਹੜੇ ਫਲਾਇਰ ਜਿਹੜੇ ਲੋਕਾਂ ਦੀਆਂ ਗੱਡੀਆਂ ਦੇ ਉੱਤੇ ਜਿਹੜੇ ਉਹ ਛੱਡੇ ਸੀ ਉਦੋਂ ਤੋਂ ਬਾਅਦ ਇਨਫੈਕਟ ਉਸ ਚੀਜ਼ ਨੇ ਇਹਨਾਂ ਦੇ ਲਈ ਬਹੁਤ ਪੋਜ਼ਿਟਿਵ ਜਿਹੜਾ ਆ ਉਹ ਵੀ ਕੰਮ ਕੀਤਾ ਕਿਉਂਕਿ ਇਹਨਾਂ ਨੇ ਹੇਟ ਨਹੀਂ ਦਿਖਾਈ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਮੁਸਲਿਮ ਹਾਂ ਮੈਂ ਮੁਸਲਿਮ ਨਹੀਂ ਹਾਂ ਅਤੇ ਮੈਨੂੰ ਇੱਦਾਂ ਨਹੀਂ ਕਹਿਣਾ। ਉਹਨੇ ਕਿਹਾ ਵੀ ਇਹ ਚੀਜ਼ਾਂ ਜਿਹੜੀਆਂ ਟੋਟਲੀ ਗਲਤ ਆ ਸਗੋਂ ਆਪਾਂ ਨੂੰ ਅਸੈਪਟ ਕਰਨਾ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਜੋ ਕਿ ਲੋਕਾਂ ਦੇ ਨਾਲ ਜਿਹੜੀ ਕਾਫੀ ਫ੍ਰੀਕੁਐਂਸੀ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਮੈਚ ਹੋਈ ਲੋਕਾਂ ਦੇ ਨਾਲ ਉਹ ਗੱਲ ਦੀ ਅਤੇ ਇਹਨਾਂ ਨੂੰ ਫਿਰ ਜਿਹੜੀ ਤਗੜੀ ਜਿੱਤ ਜਿਹੜੀ ਆ ਉੱਥੇ ਪ੍ਰਾਪਤ ਹੋਈ ਅਤੇ ਪਹਿਲੇ ਜਿਹੜੇ ਟਰਬਨਡ ਸਿੱਖ ਜਿਹੜੇ ਆ ਉਹ ਜਿਹੜੇ ਮੇਅਰ ਜਿਹੜੇ ਉਹ ਬਣੇ ਨੇ ਹੋਬੋਕਨ ਨਿਊ ਜਰਸੀ ਦੇ ਵਿੱਚ ਅਤੇ ਬਹੁਤ ਬਹੁਤ ਮੁਬਾਰਕਾਂ ਅਤੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਜਿਹੜਾ ਆਪਣੇ ਕੌਮ ਦੇ ਲਈ ਸਾਰਿਆਂ ਦੇ ਲਈ ਜਿਹਾ ਇੱਕ ਸੁਨਹਿਰੀ ਅੱਖਰਾਂ ਦੇ ਨਾਲ ਨਾਮ ਲਿਖਿਆ ਗਿਆ ਜੀ। ਸੋ ਦੂਸਰੀ ਜਿਹੜੀ ਖਬਰ ਹੈਗੀ ਆ ਉਹ ਮੈਂ ਕਹਿੰਦਾ ਉਹ ਵੀ ਪੰਜਾਬੀਆਂ ਲਈ ਤੋਹਫਾ ਹੀ ਆ। ਕੈਲੀਫੋਰਨੀਆ ਦੇ ਵਿੱਚ ਹੁਣ ਸਟਾਰਟਿੰਗ ਕਹਿੰਦੇ ਜਨਵਰੀ 2018 ਤੋਂ ਜਿਹੜੇ ਤੁਹਾਡੇ ਹੁਣ ਵੈਲਟ ਹੈਗੇ ਆ ਸਟਰ ਕਾਉਂਟੀ ਦੇ ਵਿੱਚ ਉਹ ਪੰਜਾਬੀ ਵਿੱਚ ਵੀ ਮਿਲਣਗੇ ਇਲਾਕੇ। ਦੇਖੋ ਵੀ ਕਿੰਨਾ ਅਨਫੋਰਚੁਨੇਟ ਪਾਰਟ ਹੈਗਾ ਵੀ 10,000 ਤੋਂ ਵੱਧ ਸਿੱਖ ਕਹਿੰਦੇ ਸਟਰ ਕਾਉਂਟੀ ਦੇ ਵਿੱਚ ਰਹਿੰਦੇ ਆ ਤੇ ਉੱਥੇ ਹਿੰਦੀ ਬੋਲਣ ਵਾਲੇ ਕਹਿੰਦੇ ਮੈਨੂੰ ਨੀ ਲੱਗਦਾ ਵੀ 50 ਤੋਂ ਵੱਧ ਫੈਮਿਲੀਆਂ ਵੀ ਹੋਣ। ਚਲੋ ਕਾਫੀ ਘੱਟ ਨੇ ਜੀ ਬਹੁਤ ਘੱਟ ਤੇ ਉੱਥੇ ਜਿਹੜੇ ਵੈਲਿਡ ਸੀ ਹਿੰਦੀ ਦੇ ਵਿੱਚ ਹੁੰਦੇ ਸੀ ਤੇ ਪੰਜਾਬੀ ਚ ਹੁੰਦੇ ਨਹੀਂ ਸੀ ਤੇ ਕਿਸੇ ਨੇ ਨੋਟ ਨਹੀਂ ਕੀਤਾ ਸੀ। ਸੋ ਇਹ ਜਿਹੜਾ ਇਸ ਨੂੰ ਲੈ ਕੇ ਕਿਉਂਕਿ ਦੇਖੋ ਪੰਜਾਬੀਆਂ ਨੂੰ ਮਾਰ ਤਾਂ ਪੈ ਰਹੀ ਪਹਿਲਾਂ ਤਾਂ ਆਪਣੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਮਾਰ ਪੈ ਰਹੀ ਪੰਜਾਬੀ ਨੂੰ ਉੱਥੇ ਖਤਮ ਕੀਤਾ ਜਾ ਰਿਹਾ ਫਿਰ ਸਭ ਤੋਂ ਵੱਧ ਜਿਹੜੀ ਪੰਜਾਬੀ ਪਾਕਿਸਤਾਨ ਚ ਰਿਹਾ ਉੱਥੇ ਵੀ ਇੱਕ ਤਰ੍ਹਾਂ ਨਾਲ ਖਤਮ ਕੀਤੀ ਜਾ ਰਹੀ ਆ ਪਰ ਬਾਹਰ ਫਿਰ ਵੀ ਚਲੋ ਆਪਣੇ ਜਿਹੜੇ ਲੋਕ ਆ ਉਹ ਜ਼ੋਰ ਲਾ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਲਾਈਵ ਬੁੱਕ ਦੇ ਕੌਂਸਲਮੈਨ ਹੈਗੇ ਆ ਲਖਵੀਰ ਸਿੰਘ ਘੱਗ ਉਹਨਾਂ ਨੇ ਕਾਫੀ ਮਿਹਨਤ ਕੀਤੀ ਜਿਹੜਾ ਰਜਿਸਟਰਾਰ ਆਫ ਵੋਟਰਸ ਆ ਸੈਕਟਰੀ ਆਫ ਸਟੇਟ ਉਹਨਾਂ ਨਾਲ ਗੱਲਬਾਤ ਕੀਤੀ। ਇਸੇ ਤਰ੍ਹਾਂ ਜਿਹੜੇ ਹੁਣ ਮੇਅਰ ਬਣੇ ਹੋ ਆ ਯੂਬਾ ਸਿਟੀ ਦੇ ਪ੍ਰੀਤ ਡੇਡਵਾਲ ਉਹਨਾਂ ਨੇ ਵੀ ਕਾਫੀ ਸਾਲ ਪਹਿਲਾਂ ਜਿਹੜਾ ਇਹਦੇ ਉੱਤੇ ਵਰਕਆਊਟ ਕੀਤਾ ਵੀ ਤੁਸੀਂ ਸਟਰ ਕਾਉਂਟੀ ਚ ਇੰਨੇ ਲੋਕ ਪੰਜਾਬੀ ਰਹਿੰਦੇ ਆ 10,000 ਤੋਂ ਵੱਧ ਤੇ ਤੁਸੀਂ ਜਿਹੜੇ ਵੈਲਟ ਆ ਉਹ ਹਿੰਦੀ ਚ ਛਪਾਈ ਫਿਰਦੇ ਆ ਤੇ ਉਹ ਪੰਜਾਬੀ ਚ ਹੋਣੇ ਚਾਹੀਦੇ ਆ। ਤੇ ਹੁਣ ਇਹ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਇਲੈਕਸ਼ਨ ਕੋਡ ਆ ਸਟਾਰਟਿੰਗ ਜਨਵਰੀ 2018 ਤੋਂ ਕਹਿੰਦੇ ਪਈ ਪੰਜਾਬੀ ਦੇ ਵਿੱਚ ਵੀ ਜੀ ਸਿੱਖ ਪਾਪੂਲੇਸ਼ਨ ਨੂੰ ਅਕੋਮੋਡੇਟ ਕਰਨ ਦੇ ਲਈ ਪੰਜਾਬੀ ਦੇ ਵਿੱਚ ਵੀ ਜਿਹੜਾ ਬੈਲਟ ਆ ਉਹ ਹੁਣ ਛਪਿਆ ਕਰੇ। ਬਹੁਤ ਚੰਗੀ ਗੱਲ ਆ। 2000 ਇਸ ਸਾਲ ਦੇ ਵਿੱਚ ਇਲੈਕਸ਼ਨ ਆਉਣੀਆਂ ਨਵੰਬਰ ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ ਜਾਂ ਉਸ ਤੋਂ ਪਹਿਲਾਂ ਹੋ ਸਕਦਾ ਤੁਹਾਡੇ ਸਿਟੀ ਕੌਂਸਲ ਦੀਆਂ ਹੋਣ ਜਾਂ ਕੋਈ ਵੀ ਲੋਕਲ ਇਲੈਕਸ਼ਨ ਜਿਹੜੀਆਂ ਹੋਣਗੀਆਂ ਸੋ ਉੱਥੇ ਬੈਲਟ ਦੇ ਵਿੱਚ ਜਿਹੜਾ ਪੰਜਾਬੀ ਦੇ ਵਿੱਚ ਨਾਮ ਛਪੇਗਾ। ਸੋ ਬਹੁਤ ਸਾਰੇ ਲੋਕ ਜਿਹੜੇ ਕਈ ਵਾਰੀ ਆਪਣੇ ਉੱਥੇ ਜਿਹੜੇ ਰਹਿੰਦੇ ਨੇ ਕਹਿੰਦੇ ਨੇ ਜੀ ਸਾਨੂੰ ਸਮਝ ਨਹੀਂ ਆਉਂਦੀ ਕੀ ਆ ਕੀ ਲਿਖਿਆ ਆ ਕਿਵੇਂ ਆ। ਸੋ ਹੁਣ ਤੁਹਾਡੀ ਆਪਣੀ ਜਿਹੜੀ ਮਾਂ ਬੋਲੀ ਦੇ ਵਿੱਚ ਜਿਹੜੀ ਆ ਉਹ ਲਿਖ ਕੇ ਤੁਹਾਨੂੰ ਜਿਹੜਾ ਬੈਲਟ ਆਵੇਗਾ ਤੇ ਉਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਮੌਕਾ। ਇਹ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਇਸੇ ਲਈ ਲਿਖਦੇ ਨੇ ਇਸੇ ਲਈ ਵੱਖ ਵੱਖ ਬੋਲੀਆਂ ਲਿਪੀਆਂ ਦੇ ਵਿੱਚ ਲਿਖ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਨੇ ਤਾਂ ਜੋ ਤੁਸੀਂ ਵੱਧ ਤੋਂ ਵੱਧ ਪਾਰਟੀਸਪੇਟ ਕਰੋ ਔਰ ਕਰਨਾ ਵੀ ਚਾਹੀਦਾ ਕਰਨਾ ਵੀ ਚਾਹੀਦਾ ਆ। ਪਰ ਤੁਸੀਂ ਦੇਖੋ ਵੀ ਕਹਿੰਦੇ ਵੀ ਕੈਲੀਫੋਰਨੀਆ ਨੇ ਰਿਕੋਗਨਾਈਜ਼ ਕੀਤਾ ਸੀ ਵੀ ਜਿਹੜੀ ਹਿੰਦੀ ਆ ਇਹ ਆਫੀਸ਼ੀਅਲ ਲੈਂਗੁਏਜ ਆ ਸਿੱਖ ਕਮਿਊਨਿਟੀ ਦੀ। ਦੇਖੋ ਕਿੱਡੀ ਕਿੱਡੀ ਮਤਲਬ ਪਤਾ ਨੀ ਕਿਹੜੇ ਬੰਦੇ ਸੀਗੇ ਜਿਹੜੇ ਇਹ ਚੀਜ਼ ਲਗਾ ਕੇ। ਸੋ ਉਹੀ ਬੰਦੇ ਹੋਏ ਜਿਹਨਾਂ ਨੇ ਉਦੋਂ ਪੰਜਾਬ ਵੱਢਣ ਲੱਗੇ ਜਦੋਂ ਹਿੰਦੀ ਲਿਖਾਈ ਜਾਂਦੇ ਸੀਗੇ। ਸੋ ਇਹ ਆਪਣੇ ਚ ਹੀ ਲੁਕੇ ਹੁੰਦੇ ਆ ਜਿਸ ਤਰ੍ਹਾਂ ਉਹ ਵੀ ਕੱਢੇ ਸੀਗੇ ਦੋ ਲੁਕੇ ਹੋਏ ਹਨਾ। ਸੋ ਇਹ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ। ਤੇ ਲਖਵੀਰ ਸਿੰਘ ਘੱਗ ਅੱਗੇ ਜਾ ਕੇ ਕਹਿੰਦੇ ਆ ਵੀ ਜਿਹੜੇ ਸਿੱਖਾਂ ਦੀ ਪ੍ਰਾਇਮਰੀ ਲੈਂਗੁਏਜ ਜਿਹੜੇ ਲਾਈਵ ਬੁੱਕ ਦੇ ਸਿਟੀ ਕੌਂਸਲਮੈਨ ਆ ਵੀ ਉਹ ਪੰਜਾਬੀ ਆ। ਹਿੰਦੀ ਨਾਲ ਤਾਂ ਇਹਨਾਂ ਨੂੰ ਲੈਣਾ ਦੇਣਾ ਕੋਈ ਨੀ। ਠੀਕ ਆ ਵੀ ਜਿਹੜੇ ਇੰਡੀਆ ਤੋਂ ਆਉਂਦੇ ਹੈਗੇ ਉਹਨਾਂ ਨੂੰ ਹਿੰਦੀ ਸਮਝ ਆਉਂਦੀ ਆ ਜਾਂ ਥੋੜੀ ਬਹੁਤੀ ਬੋਲ ਵੀ ਲੈਂਦੇ ਆ ਪਰ ਜਿਹੜੇ ਇੱਥੇ ਆਪਣੇ ਬੱਚੇ ਆ ਉਹ ਤਾਂ ਕੋਈ ਹਿੰਦੀ ਬੋਲਦਾ ਨੀ ਹੈਗਾ ਹਨਾ ਜਾਂ ਪੰਜਾਬੀ ਬੋਲਦੇ ਜਾਂ ਇੰਗਲਿਸ਼ ਬੋਲਦੇ। ਇਹੀ
ਨਹੀਂ ਇਹੀ ਗੱਲ ਹਰਜੋਤ ਸਿੰਘ, ਤੁਸੀਂ ਦੇਖ ਲਓ ਘਰਾਂ ਦੇ ਵਿੱਚ ਕਿਹੜੀ ਭਾਸ਼ਾ ਦੇ ਵਿੱਚ ਜਿਹੜੀ ਬੋਲੀ ਦੇ ਵਿੱਚ ਗੱਲ ਹੋ ਰਹੀ ਹੁੰਦੀ ਆ, ਹਨਾ ਵੀ ਪੰਜਾਬੀ ਜਦੋਂ ਬੋਲਦੇ ਨੇ, ਲਿਖਦੇ ਨੇ, ਪੜ੍ਹਦੇ ਨੇ, ਆਪਾਂ ਸਾਰੇ ਬੱਚਿਆਂ ਨੂੰ ਆਪਣੇ ਨੂੰ ਖਾਲਸਾ ਸਕੂਲਾਂ ਦੇ ਵਿੱਚ ਜਿਹੜੇ ਉਹ ਘਲਾਉਂਦੇ ਨੇ, ਉੱਥੇ ਪੰਜਾਬੀ ਬੋਲਦੇ ਵੀ ਨੇ, ਪੜ੍ਹਦੇ ਲਿਖਦੇ ਵੀ ਨੇ, ਸਾਰਾ ਕੁਛ ਸਿੱਖਦੇ ਨੇ, ਸੋ ਜਾਣ ਬੁੱਝ ਕੇ ਦੇਖੋ ਪਤਾ ਨਹੀਂ ਕਿਹੜੇ ਜਿਹੜੇ ਮੋਹਤਬਰ ਬੰਦੇ ਜਿਹੜੇ ਅੱਗੇ ਬਣ ਕੇ ਤੇ ਇਹ ਚੀਜ਼ਾਂ ਜਿਹੜੀਆਂ ਲਿਖਵਾ ਦਿੰਦੇ ਨੇ ਜੋ ਕਿ ਇੱਕ ਮਿਸ ਰਿਪ੍ਰਜੈਂਟੇਸ਼ਨ ਹੈਗੀ ਆ। ਇਸੇ ਲਈ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਆਪਣੇ ਬੰਦਿਆਂ ਨੂੰ ਵੱਧ ਤੋਂ ਵੱਧ ਪੋਲੀਟਿਕਸ ਦੇ ਵਿੱਚ ਇਨਵੋਲਵ ਹੋਣ ਦੀ ਜ਼ਰੂਰਤ ਆ, ਇੱਥੋਂ ਦੀ ਲੋਕਲ ਜਿਹੜੀਆਂ ਚੀਜ਼ਾਂ ਹੋ ਰਹੀਆਂ, ਪੋਲਿਸੀ ਮੇਕਿੰਗ ਜਿੱਥੇ ਹੋਣੀ ਆ ਉਹਦੇ ਵਿੱਚ ਜਿਹੜੀ ਵੜਨ ਦੀ ਜ਼ਰੂਰਤ ਆ, ਤਾਂ ਜੋ ਮਿਸ ਰਿਪ੍ਰਜੈਂਟੇਸ਼ਨ ਜਿਹੜੀ ਆ ਉਹ ਨਾ ਹੋਵੇ। ਮੈਂ ਹੁਣੇ ਹਰਜੋਤ ਸਿੰਘ ਜੀ ਇੱਕ ਪੜ੍ਹ ਰਿਹਾ ਸੀਗਾ ਫ੍ਰੈਸ਼ਨੋ ਬੀ ਦੇ ਵਿੱਚ ਵੀ ਇੱਕ ਆਪਣੇ ਮੁੰਡੇ ਵਿਕਰਮ ਜੀ ਨੇ ਉਹਨੇ ਜਿਹੜੀ ਇੱਕ ਲੈਟਰ ਜਿਹੜੀ ਲਿਖੀ ਆ ਉਹ ਫ੍ਰੈਸ਼ਨੋ ਬੀ ਦੇ ਜ਼ਰੀਏ ਜਿਹੜੀ ਉਹ ਛਪੀ ਆ ਵੀ ਕਿਉਂ ਸਿੱਖਾਂ ਨੂੰ ਹਿਸਟਰੀ ਬੁੱਕਸ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਜਿਹੜਾ ਉਹ ਕੱਢਿਆ ਜਾ ਰਿਹਾ ਆ। ਸੋ ਉਹ ਕਹਿੰਦੇ ਵੀ ਉੱਥੋਂ ਦੀ ਹਿਸਟਰੀ ਜਿਹੜੀ ਹੈਗੀ ਆ ਜਿਹੜੀ ਖਾਸ ਕਰਕੇ ਉਹਨਾਂ ਨੇ ਉੱਥੋਂ ਵਾਸਤੇ ਜਿਹੜੇ ਸਵਾਲ ਕੀਤਾ ਵੀ ਉੱਥੋਂ ਬਾਕੀ ਜਿਹੜੇ ਖਾਸ ਕਰਕੇ ਜਿਹੜੇ ਹਿੰਦੂ ਮਤ ਦੇ ਜਿਹੜੇ ਉਹਨਾਂ ਦੇ ਆਪਣੇ ਨਾਇਕ ਜਿਹੜੇ ਬਣਾ ਬਣਾ ਕੇ ਉਹ ਦੱਸੀ ਜਾ ਰਹੇ ਆ, ਜਦਕਿ ਸਿੱਖਾਂ ਨੇ ਜਿਹੜੀਆਂ 2% ਪਾਪੂਲੇਸ਼ਨ ਹੋਣ ਦੇ ਵਿੱਚ 80% ਤੋਂ ਵੱਧ ਜਿਹੜੀਆਂ ਆ ਉਹਨਾਂ ਨੇ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਸੀ ਉਦੋਂ ਦੇਸ਼ ਨੂੰ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ, ਉਹਨਾਂ ਦਾ ਨਾਮ ਜਿਹੜਾ ਵਿੱਚ ਕਿਉਂ ਜਿਹੜਾ ਲਗਾਤਾਰ ਘਟਾਈ ਜਾ ਰਿਹਾ ਆ, ਤੇ ਨਾ ਹੀ ਕਹਿੰਦੇ ਉਸ ਦੇ ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਜੈਨੋਸਾਈਡ ਜਿਹੜਾ ਸਿੱਖ ਜੈਨੋਸਾਈਡ ਹੋਇਆ ਉਸ ਦੇ ਬਾਰੇ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਜਾ ਰਹੀ ਆ। ਇੱਕ ਟਾਈਮ ਦੇ ਉੱਤੇ ਜਿਹੜੀ ਸਿੱਖ ਆ ਉਹ ਆਰਮੀ ਦੇ ਵਿੱਚ ਕਾਫੀ ਵੱਡੇ ਪੈਮਾਨੇ ਦੇ ਵਿੱਚ ਜਿਹੜੇ ਸਿੱਖ ਮੋਹਰੀ ਹੁੰਦੇ ਸੀਗੇ ਉਹਨਾਂ ਦੀ ਹੌਲੀ ਹੌਲੀ ਰਿਪ੍ਰਜੈਂਟੇਸ਼ਨ ਜਿਹੜੀ ਉੱਥੇ ਘਟਾਈ ਜਾ ਰਹੀ ਆ। ਸੋ ਇਹ ਕਿਉਂ ਇੱਦਾਂ ਹੋ ਰਿਹਾ? ਸੋ ਵਧੀਆ ਜਿਹੜੀ ਇੱਕ ਫ੍ਰੈਸ਼ਨੋ ਬੀ ਵਾਲਿਆਂ ਨੂੰ ਉਹਨਾਂ ਨੇ ਜਿਹੜੀ ਲੈਟਰ ਸ੍ਰੋਤਿਓ, ਇਹ ਆਪਾਂ ਇੰਡੀਆ ਦੀ ਗੱਲ ਨਹੀਂ ਕਰ ਰਹੇ, ਇਹ ਆਪਾਂ ਕੈਲੀਫੋਰਨੀਆ ਦੀ ਗੱਲ ਕਰ ਰਹੇ ਹਾਂ। ਕੈਲੀਫੋਰਨੀਆ ਸਕੂਲਾਂ ਦੇ ਵਿੱਚ ਜਿਹੜੀਆਂ ਹਿਸਟਰੀ ਦੀਆਂ ਬੁੱਕਸ ਲੱਗੀਆਂ ਉਹਨਾਂ ਦੀ ਗੱਲ ਕਰ ਰਹੇ ਹਾਂ ਜੀ, ਉਹਦੇ ਵਿੱਚ ਸਿਰਫ ਮਹਾਤਮਾ ਗਾਂਧੀ ਤੇ ਉਹਨਾਂ ਦੇ ਚਰਖੇ ਦੀ ਗੱਲ ਕੀਤੀ ਜਾਂਦੀ ਆ, ਤੇ ਜਿਹੜੇ ਆਜ਼ਾਦੀ ਦੇ ਲਈ ਸ਼ਹੀਦ ਹੋਏ ਆ ਭਗਤ ਸਿੰਘ ਆ, ਕਰਤਾਰ ਸਿੰਘ ਸਰਾਭਾ ਆ, ਗਦਰੀ ਬਾਬੇ ਆ, ਉਹਨਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਹੈਗੀ। ਸੋ ਏਦਾਂ ਦੇ ਜੇ ਤੁਸੀਂ ਲੈਟਰਸ ਲਿਖੋਗੇ ਅਖਬਾਰਾਂ ਨੂੰ ਲਿਖੋਗੇ ਕਿਸੇ ਹੋਰ ਨੂੰ ਲਿਖੋਗੇ ਆਪਣੇ ਕੌਂਸਲਮੈਨਸ ਜਾਂ ਜਿਹੜੇ ਵੀ ਇਹ ਪਾਲਿਸੀਜ਼ ਬਣਾਉਂਦੇ ਨੇ ਜਿਹੜੇ ਸੁਪਰਵਾਈਜ਼ਰ ਹੁੰਦੇ ਆ, ਜਿਹੜੇ ਸੁਪਰੀਡੈਂਡੈਂਟ ਹੁੰਦੇ ਆ, ਜਿਹੜੇ ਸਕੂਲ ਬੋਰਡ ਐਡਵਾਈਜ਼ਰ ਜਿਹੜੇ ਵੀ ਹੁੰਦੇ ਆ, ਉਹਨਾਂ ਨੂੰ ਲਿਖੋਗੇ ਤਾਂ ਉਹਨਾਂ ਦੇ ਕੰਮ ਦੇ ਉੱਤੇ ਕੁਛ ਨਾ ਕੁਛ ਜਿਹੜਾ ਇਸ ਦਾ ਅਸਰ ਪੈਂਦਾ ਆ, ਕਿਉਂਕਿ ਅਜਿਹਾ ਕਰ ਕਰਕੇ ਹੀ ਆਪਾਂ ਨਵੰਬਰ ਨੂੰ ਜਿਹੜਾ ਆ ਮਹੀਨਾ ਆ ਉਹ ਇੱਕ ਸਿੱਖ ਐਪਰੀਸੀਏਸ਼ਨ ਮੰਥ ਦੇ ਵਜੋਂ ਮਹੀਨੇ ਦੇ ਵਜੋਂ ਜਿਹੜਾ ਆਪਾਂ ਮਨਵਾਉਣ ਲੱਗ ਪਏ ਹਾਂ। ਸੋ ਇਹ ਚੀਜ਼ਾਂ ਆਪਾਂ ਕਰਾਂਗੇ, ਅੱਗੇ ਆਵਾਂਗੇ। ਹੁਣ ਇੱਥੋਂ ਦੇ ਜਿਹੜੇ ਨੌਜਵਾਨ ਪੜ੍ਹ ਲਿਖ ਰਹੇ ਨੇ ਜਿਹੜੇ ਆ ਉਹ ਅੱਗੇ ਆ ਰਹੇ ਨੇ, ਉਹਨਾਂ ਨੂੰ ਆਪਾਂ ਆਪਣੇ ਇਸ ਇਤਿਹਾਸ ਬਾਰੇ ਦੱਸਾਂਗੇ ਤਾਂ ਹੋਰ ਜਿਹੜੇ ਆ ਵੱਧ ਚੜ੍ਹ ਕੇ ਜਿਹੜਾ ਉਹ ਹਿੱਸਾ ਲੈਣਗੇ। ਸੋ ਹਰ ਇੱਕ ਦੀ ਜਿਹੜੀ ਇਸ ਦੇ ਵਿੱਚ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਸੋ ਇਹ ਪੰਜਾਬੀ ਬੈਲਟ ਦੀ ਜਿਹੜੀ ਗੱਲ ਕਰ ਰਹੇ ਹਾਂ ਸਟਰ ਕਾਉਂਟੀ ਦੀ ਕਰ ਰਹੇ ਹੈਗੇ ਆ, ਇਹ ਹੋਰ ਕਾਉਂਟੀਆਂ 'ਚ ਨਹੀਂ ਹੋਇਆ, ਹੋਰ ਕਾਉਂਟੀਆਂ ਨੂੰ ਵੀ ਕੰਟੈਕਟ ਕਰਨਾ ਚਾਹੀਦਾ ਵੀ ਭਾਈ ਹੁਣ ਸਟਰ ਕਾਉਂਟੀ 'ਚ ਹੋ ਗਿਆ ਜੀ। ਆ ਫ੍ਰਿਜਨੋ 'ਚ ਅਸੀਂ ਇੰਨੇ 50,000 ਦੇ ਕਰੀਬ ਸਿੱਖ ਰਹਿੰਦੇ ਹਾਂ, ਫ੍ਰਿਜਨੋ ਤੇ ਇਹਦੇ ਆਸ ਪਾਸ ਦੇ ਜਿੰਨੇ ਵੀ ਸ਼ਹਿਰ ਹੈਗੇ ਆ, ਬੇਕਰਫੀਲਡ ਕਿੰਨੀ ਪਾਪੂਲੇਸ਼ਨ ਆ, ਸਟੋਕਟਨ 'ਚ ਕਿੰਨੀ ਆ, ਸੈਕਰਾਮੈਂਟੋ 'ਚ ਕਿੰਨੀ ਹੈਗੀ ਆ, ਮੰਟੀਕੇ ਦੇ ਵਿੱਚ ਤਾਂ ਲਗਭਗ ਕਹਿੰਦੇ ਅੱਧਾ ਟਾਊਨ ਹੀ ਪੰਜਾਬੀਆਂ ਦਾ ਹੋ ਗਿਆ। ਸੋ ਜਦੋਂ ਇਹ ਕੇਸ ਫਾਈਟ ਕੀਤਾ ਗਿਆ ਤੇ ਜਿਹੜੇ ਲਾਈਵ ਵੋਕ ਦੇ ਕੌਂਸਲਮੈਨ ਹੈਗੇ ਆ ਲਖਵੀਰ ਘੱਗ, ਉਹਨਾਂ ਨੇ ਕਿਹਾ ਵੀ ਮੈਂ ਉੱਥੇ ਲੋਕਲ ਜਿਹੜਾ ਸਟਰ ਕਾਉਂਟੀ ਦਾ ਰਜਿਸਟਰਾਰ ਆਫ ਵੋਟਰ ਸੀ ਡੋਨਾ ਜੌਨਸਨ, ਤੇ ਇਸੇ ਤਰ੍ਹਾਂ ਲਾਈਵ ਵੋਕ ਦੇ ਕੌਂਸਲਮੈਨ ਜੇਸਨ ਬੈਂਕਸ ਤੇ ਸਟਰ ਕਾਉਂਟੀ ਦੇ ਸੁਪਰਵਾਈਜ਼ਰ ਮੈਟ ਕੋਨੈਂਟ, ਉਹਨਾਂ ਨਾਲ ਰਲ ਕੇ ਜਿਹੜੇ ਉਹ ਸਟੇਟ ਦਾ ਲੈਂਗੁਏਜ ਦਾ ਜਿਹੜਾ ਐਕਸੈਸਿਬਿਲਟੀ ਐਡਵਾਈਜ਼ਰੀ ਕਮੇਟੀ ਹੁੰਦੀ ਆ ਉਹਦੇ ਸਾਹਮਣੇ ਆਪਣਾ ਕੇਸ ਪੇਸ਼ ਕੀਤਾ ਵੀ 2012 ਤੋਂ ਲੈ ਕੇ ਕਿਸੇ ਨੇ ਹਿੰਦੀ ਦਾ ਬੈਲਟ ਪੜ੍ਹਿਆ ਹੀ ਨਹੀਂ ਹੈਗਾ, ਲਿਆ ਹੀ ਨਹੀਂ ਉੱਥੇ, ਵੀ ਤੁਸੀਂ ਕਾਹਦੇ ਛਾਪਦੇ ਆ, ਪੰਜਾਬੀ 'ਚ ਛਾਪੋ ਤਾਂ ਕਿ ਜਿੱਥੇ 10,000 ਤੋਂ ਵੱਧ ਪੰਜਾਬੀ ਆ ਉਹ ਪੰਜਾਬੀ ਉਹਨੂੰ ਪੜ੍ਹ ਸਕਣ ਤੇ ਵੋਟਾਂ ਪਾ ਸਕਣ। ਸੋ ਇਹ ਸਟਰ ਕਾਉਂਟੀ ਦੇ ਸਿੱਖ ਜਿਹੜੇ ਪੰਜਾਬੀ ਆ ਬਹੁਤ ਵਧਾਈ ਦੇ ਪਾਤਰ ਆ। ਇਸੇ ਤਰ੍ਹਾਂ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਜਿਹੜਾ ਲਖਵੀਰ ਸਿੰਘ ਘੱਗ, ਪ੍ਰੀਤ ਡਡਵਾਲ ਜਾਂ ਹੋਰ ਜਿੰਨੇ ਵੀ ਪੰਜਾਬੀਆਂ ਨੇ ਤੇਜਮਾਨ ਹੁਣੀ ਅੱਗੇ ਰਲ ਕੇ ਜਿਹੜਾ ਇਹਦੇ ਵਿੱਚ ਹਿੱਸਾ ਪਾਇਆ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਹਰ ਇੱਕ ਜਗ੍ਹਾ ਦੇ ਵਿੱਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਰਹਿ ਰਹੇ ਆ ਉਹਨਾਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਉਲੀਕਣੇ ਚਾਹੀਦੇ ਆ ਤਾਂ ਕਿ ਜਿਹੜੀ ਸਾਡੀ ਪੰਜਾਬੀ ਆ ਉਹਨੂੰ ਉਹਦੇ ਵਿੱਚ ਅੱਗੇ ਤੋਂ ਅੱਗੇ ਹੋਰ ਵਾਧਾ ਹੋ ਸਕੇ। ਜੀ ਬਿਲਕੁਲ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਅਗਲੀ ਜਿਹੜੀ ਆਪਣੇ ਭਾਈਚਾਰੇ ਨਾਲ ਸੰਬੰਧਿਤ ਗੱਲ ਕਰੀਏ, ਹਰ ਸਾਲ ਨਵੇਂ ਸਾਲ ਦੇ ਮੌਕੇ ਦੇ ਉੱਤੇ 1 ਜਨਵਰੀ ਨੂੰ ਜਿਹੜੀ ਇੱਕ ਰੋਜ਼ ਪਰੇਡ ਜਿਹੜੀ ਉਹ ਹੁੰਦੀ ਆ ਜਿਸ ਦੇ ਵਿੱਚ ਵੱਖ ਵੱਖ ਜਿਹੜੇ ਫੁੱਲਾਂ ਦੇ ਨਾਲ ਸਜਾਏ ਹੋਏ ਜਿਹੜੇ ਫਲੋਟਸ ਆ ਉਹ ਬਣਾ ਕੇ ਜਿਹੜੇ ਉੱਥੋਂ
ਪਰੇਡ ਜਿਹੜੀ ਉੱਥੇ ਕੀਤੀ ਜਾਂਦੀ ਆ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਸਿੱਖਾਂ ਦੇ ਵੱਲੋਂ ਜਿਹੜੀ ਉੱਥੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣੇ ਜਿਹੜੇ ਢੰਗ ਦੇ ਨਾਲ ਸਜਾਇਆ ਹੋਇਆ ਫਲੋਟ ਆ ਉੱਥੇ ਕੱਢਿਆ ਗਿਆ ਸੀ, ਜਿਸ ਦੇ ਵਿੱਚ ਲੰਗਰ ਬਾਰੇ ਵੀ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਬਹੁਤ ਵਧੀਆ ਜਿਹੜਾ ਦੇਖਣ ਨੂੰ ਮਿਲਿਆ। ਕੱਲ੍ਹ ਆਪਾਂ ਜਿਹੜੀ ਉਸਦੀ ਵੀਡੀਓ ਵੀ ਉੱਥੇ ਜਿਹੜੀ ਸ਼ੇਅਰ ਕੀਤੀ ਸੀ ਆਪਣੇ ਸਰੋਤਿਆਂ ਦੇ ਨਾਲ, ਜਿਹੜੇ ਉੱਥੇ ਫੇਸਬੁੱਕ ਦੇ ਉੱਤੇ ਜਿਹੜੇ ਉਹ ਦੇਖਦੇ ਨੇ, ਜਿਹੜਾ ਲੀਸ਼ਮੈਨ ਪਬਲਿਕ ਸਪਿਰਿਟ ਅਵਾਰਡ ਜਿਹੜਾ ਆ ਇਹਨਾਂ ਨੂੰ ਇਸ ਫਲੋਟ ਨੂੰ ਜਿਹੜਾ ਉਹ ਮਿਲਿਆ ਆ। ਮੋਸਟ ਆਊਟਸਟੈਂਡਿੰਗ ਫਲੋਰਲ ਪ੍ਰੈਜੈਂਟੇਸ਼ਨ ਵੀ ਬਹੁਤ ਸੋਹਣੇ ਢੰਗ ਦੇ ਨਾਲ ਜਿਹੜੇ ਨੋਨ ਕਮਰਸ਼ੀਅਲ ਪਾਰਟੀਸਪੈਂਟ ਵੱਲੋਂ ਜਿਹੜਾ ਸਜਾਇਆ ਗਿਆ ਸੀਗਾ। ਯੂਨਾਈਟਿਡ ਸਿੱਖ ਮਿਸ਼ਨ ਸਰਵਿੰਗ ਕਾਈਂਡਨੈਸ ਫੀਨਿਕਸ ਵਾਲੇ ਜਿਹੜੇ ਆ ਉਹਨਾਂ ਦੇ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਸੀਗਾ। ਸੋ ਬਹੁਤ ਹੀ ਇੱਕ ਵਧੀਆ ਜਿਹੜੀ ਇਹ ਗੱਲ ਆ ਅਤੇ ਹਰ ਸਾਲ ਇਹ ਪਰੇਡ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਆ ਅਤੇ ਜਿਹੜੇ ਵੀ ਉੱਥੇ ਖਾਸ ਕਰਕੇ ਐਲ ਏ ਵਾਲੇ ਸਾਈਡ ਦੇ ਇਲਾਕੇ ਦੇ ਵਿੱਚ ਜਿਹੜਾ ਰਹਿੰਦੇ ਨੇ ਜਾਂ ਹੋਰ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਉਹ ਰਹਿੰਦੇ ਨੇ, ਚਾਹੇ ਫੀਨਿਕਸ ਦੇ ਵਿੱਚ ਆ, ਪੈਸਾਡੀਨਾ, ਚਾਹੇ ਜਿੱਥੇ ਜਿੱਥੇ ਵੀ ਜਿਹੜੇ ਮੌਜੂਦ ਹੁੰਦੇ ਨੇ, ਜਿਹੜੇ ਵੀ ਲੋਕ ਇਹਨਾਂ ਨਜ਼ਦੀਕ ਹੁੰਦੇ ਨੇ ਉਹ ਜਿਹੜੇ ਆ ਜ਼ਰੂਰ ਉੱਥੇ ਦੇਖਣ ਜਾਇਆ ਕਰਨ। ਹੁਣ ਅਗਲੀ ਵਾਰੀ ਜਿਹੜੀ ਰੋਜ਼ ਪਰੇਡ ਆ ਦੁਬਾਰਾ ਪੈਸਾਡੀਨਾ ਦੇ ਵਿੱਚ ਦੁਬਾਰਾ ਅਗਲੇ ਸਾਲ 1 ਜਨਵਰੀ 2019 ਨੂੰ ਹੋਣੀ ਆ ਅਤੇ ਉਹ 130ਵੀਂ ਹੋਣੀ ਆ ਰੋਜ਼ ਪਰੇਡ। ਸੋ ਦੇਖੋ ਇੰਨੇ ਸਾਲ ਹੋ ਗਏ ਰੋਜ਼ ਪਰੇਡ ਹੁੰਦੀ ਨੂੰ ਅਤੇ ਉਹਦੇ ਵਿੱਚ ਜਿਹੜੇ ਕੁਛ ਨਾ ਕੁਛ ਅਵਾਰਡ ਜਦੋਂ ਮਿਲਦਾ ਆ ਅਤੇ ਸੋਹਣੇ ਢੰਗ ਦੇ ਨਾਲ ਪ੍ਰੈਜੈਂਟ ਕੀਤਾ ਜਾਂਦਾ ਆ ਅਤੇ ਸਾਰਿਆਂ ਦੇ ਲਈ ਚੰਗੀ ਗੱਲ ਆ। ਸੋ ਸਰੋਤਿਆਂ ਦੱਸ ਜਾਈਏ ਵੀ ਇਹ ਛੋਟੀ ਮੋਟੀ ਪਰੇਡ ਨਹੀਂ ਹੈ, 129 ਸਾਲਾਂ ਤੋਂ ਇਹ ਪਰੇਡ ਚੱਲ ਰਹੀ ਹੈਗੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਅਤੇ ਮਿਲੀਅਨਸ ਆਫ ਲੋਕ ਜਿਹੜੇ ਆ ਇਹਨੂੰ ਦੇਖਦੇ ਹੈਗੇ ਆ, ਲਾਈਵ ਵੀ ਦੇਖਦੇ ਆ, ਉੱਥੇ ਵੀ ਜਾਂਦੇ ਹੈਗੇ ਆ ਅਤੇ ਜਿਹੜੀ ਇਸ ਵਾਰ ਸਿੱਖਾਂ ਨੇ ਜਿਹੜੀ ਇਹ ਪਰੇਡ ਕਾਫੀ ਸਾਲਾਂ ਤੋਂ ਸ਼ੁਰੂ ਕੀਤੀ ਹੋਈ ਹੈਗੀ ਆ, ਇਹਦਾ ਜਿਹੜਾ ਮੇਨ ਮੈਸੇਜ ਇਸ ਤਰ੍ਹਾਂ ਲੰਗਰ ਦਾ ਦੱਸਿਆ ਅਤੇ ਕਹਿੰਦੇ ਵੀ 90,969 ਫਲਾਵਰ ਲਾਏ ਸੀ ਅਤੇ 500 ਪਾਉਂਡ ਦੀਆਂ ਜਿਹੜੀਆਂ ਸਬਜ਼ੀਆਂ ਵਾਲਾ ਉਹਨੇ ਉੱਤੇ ਰੱਖ ਕੇ ਉਹ ਸਜਾਇਆ ਹੋਇਆ ਸੀ ਅਤੇ ਵੀ ਇੱਕ ਤਰ੍ਹਾਂ ਨਾਲ ਲੰਗਰ ਦਾ ਜਿਹੜਾ ਮੈਸੇਜ ਆ ਵੀ ਸਿੱਖਾਂ ਦੇ ਵਿੱਚ ਕੀ ਹੈਗਾ ਉਹ ਦੱਸਿਆ ਹੈਗਾ। ਸੋ ਬਹੁਤ ਹੀ ਵਧਾਈ ਦੇ ਪਾਤਰ ਆ ਜਿਹੜੇ ਜਿਹਨਾਂ ਨੇ ਯੂਨਾਈਟਿਡ ਸਿੱਖ ਮਿਸ਼ਨ ਵਾਲੇ ਜਿਹਨਾਂ ਨੇ ਸਾਰਾ ਬਾਕੀ ਜਿੰਨੀਆਂ ਵੀ ਸਿੱਖ ਹੋਰ ਜਥੇਬੰਦੀਆਂ ਜਾਂ ਇੰਡੀਵਿਜੁਅਲ ਤੌਰ ਦੇ ਉੱਤੇ ਜਿਹੜੇ ਜਿਹੜੇ ਵੀ ਲੋਕਾਂ ਨੇ ਇਸ ਚੀਜ਼ ਦੇ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਕਾਮਯਾਬ ਬਣਾਇਆ ਜੀ। ਸੇ ਸਾਡਾ ਸਮਾਂ ਵੀ ਹੋਣ ਵਾਲਾ ਅਤੇ ਜਾਂਦੇ ਜਾਂਦੇ ਇੱਕ ਹੋਰ ਖਬਰ ਬੜੀ ਇੰਪੋਰਟੈਂਟ ਸਾਂਝੀ ਕਰਨੀ ਜਾਣੀ ਆ ਆਪਾਂ ਰਾਜਕਨਵੀਰ ਸਿੰਘ ਜੀ। ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਪੰਜਾਬ ਪੰਜਾਬ ਤੋਂ ਬਾਹਰ ਇੱਕ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਪੰਜਾਬ ਲੱਭਿਆ ਹੈਗਾ ਅਤੇ 1880 ਦੇ ਵਿੱਚ ਕਹਿੰਦੇ ਪੰਜਾਬ ਨਾਂ ਦਾ ਇੱਕ ਪੰਜਾਬ ਨਾਮ ਰੱਖਿਆ। ਇੱਥੇ ਆਸਟ੍ਰੇਲੀਆ ਦੇ ਵਿੱਚ 5 ਦਰਿਆ ਇਕੱਠੇ ਮਿਲਦੇ ਹੈਗੇ ਆ ਜਿਹਨਾਂ ਦੇ ਵਿੱਚ ਲੋਗਨ ਦਰਿਆ, ਅਲਵਰਟ, ਪਿੰਪੈਨੀਆ, ਕੁਮੇਰਾ ਤੇ ਨਿਰੰਗ ਜੀ। ਬਿਲਕੁਲ, ਸੋ ਇਹ 5 ਦਰਿਆਵਾਂ ਦੀ ਧਰਤੀ ਉੱਥੇ ਬਣੀ ਆ। ਤਕਰੀਬਨ ਹਰਜੋਤ ਸਿੰਘ ਜੀ 446 ਸਕੇਅਰ ਮੀਲ ਦਾ ਜਿਹੜਾ ਇਹ ਇਲਾਕਾ ਦੱਸਿਆ ਜਾਂਦਾ ਆ ਪੰਜਾਬ ਹੋਮਸਟੈਡ। 1880 ਤੋਂ ਕਹਿੰਦੇ ਆ ਪੰਜਾਬੀਆਂ ਨੇ ਆਪਣੀ ਉੱਥੇ ਛਾਪ ਛੱਡਣੀ ਜਿਹੜੀ ਸ਼ੁਰੂ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਉਹਨੂੰ ਨਾਮ ਦਿੱਤਾ ਅਤੇ ਨਾਲ ਦੀ ਹਰਜੋਤ ਸਿੰਘ ਜੀ ਇੱਕ ਹੋਰ ਹੈਗੀ ਆ ਨਾਲ ਦੀ ਐਡਜੋਇਨਿੰਗ ਸਟੇਟ ਆ, ਉਸਦਾ ਨਾਂ ਅਲਮੋਰਾ ਜਿਹੜਾ ਆ ਉਹ ਹੈਗਾ ਆ। ਅਤੇ ਕਹਿੰਦੇ ਇਹ ਜਿਹੜੀਆਂ ਦੋ ਇਕੱਠੋਂ ਇਕੱਠੀਆਂ ਹੋਣ ਤੋਂ ਇਹ ਪਤਾ ਲੱਗਦਾ ਆ ਵੀ ਇਹ ਜਿਹੜਾ ਆਸਟ੍ਰੇਲੀਅਨ ਪੰਜਾਬ ਅਤੇ ਜਿਹੜਾ ਪੰਜਾਬ ਪੰਜਾਬ ਆ ਉਸਦੇ ਜਿਹੜੇ ਕਿਤੇ ਨਾ ਕਿਤੇ ਸੰਬੰਧ ਗੂੜੇ ਜਿਹੜੇ ਆ ਉਹ ਜਿਹੜਾ ਤਾਰਾਂ ਜਿਹੜੀਆਂ ਉਹ ਜੁੜੀਆਂ ਹੋਈਆਂ। ਬਿਲਕੁਲ, ਕਹਿੰਦੇ ਵੀ ਉੱਥੇ ਜਿਹੜਾ ਨਿਊਜ਼ ਪੇਪਰ ਆਰਟੀਕਲ ਵੀ ਲੱਭੇ ਆ ਇੱਕ ਰਿਸਰਚਰ ਨੇ 1881 ਦੇ ਵੀ ਉੱਥੇ ਪੰਜਾਬੀ ਰਹਿੰਦੇ ਰਹੇ ਆ ਅਤੇ ਕਹਿੰਦੇ ਉੱਥੇ ਦੀ ਜਿਹੜੀ ਜ਼ਮੀਨ ਆ ਉਹ ਬਿਲਕੁਲ ਪੰਜਾਬ ਦੀ ਜ਼ਮੀਨ ਵਰਗੀ ਹੈਗੀ ਆ, ਬੜੀ ਫਰਟਾਈਲ ਲੈਂਡ ਹੈਗੀ ਆ। ਉੱਥੇ ਜਿੱਦਾਂ ਫਲਾਂ ਦੇ ਬਾਗ ਹੈਗੇ ਆ ਜਿੱਦਾਂ ਜਿਹਦੇ 'ਚ ਸੰਤਰੇ, ਲੈਮਨ, ਮੈਂਡਰਿਨ, ਜਿੱਦਾਂ ਅਮਰੂਦ, ਅੰਬ, ਬਨਾਨਾ, ਇੱਦਾਂ ਦੇ ਜਿਹੜੇ ਬਾਗ ਆ ਉੱਥੇ ਹੈਗੇ ਆ। ਤੇ ਹਰਜੋਤ ਸਿੰਘ ਜੀ ਉਹਨਾਂ ਨੇ ਰਿਸਰਚ ਦੇ ਵਿੱਚ ਇਹ ਵੀ ਲੱਭਾ ਵੀ ਕੱਲਾ 1880 ਨਹੀਂ 1860-61 ਦੇ ਵਿੱਚ ਕਹਿੰਦੇ ਮੈਲਬਰਨ ਤੋਂ ਗਲਫ ਆਫ ਕਾਰਪੈਂਟਰੀਆ ਦੇ ਵਿੱਚ ਕਹਿੰਦੇ 4 ਅਫਗਾਨੀ ਕਹਿੰਦੇ ਉੱਥੇ ਆਏ ਸੀਗੇ। 19 ਜਾਣੇ ਸੀਗੇ ਉਸ ਚੀਜ਼ ਦੇ ਵਿੱਚ, 4 ਅਫਗਾਨੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਗੋਲਾ ਸਿੰਘ ਸੀਗਾ। ਗੋਲਾ ਸਿੰਘ ਜਿਹੜਾ ਉਹਨਾਂ ਦਾ 1860-61 ਦੇ ਵਿੱਚ 60-61 ਦੀ ਜਿਹੜੀ ਇਹ ਗੱਲ ਆ। ਤੇ ਕਹਿੰਦੇ ਉਸ ਟਾਈਮ ਦਾ ਬੜਾ ਉਹ ਐਕਸਪਰਟ ਕੈਮਿਲੀਅਰ ਸੀਗਾ ਵੀ ਜਿਹੜਾ ਊਂਠ ਜਿਹੜਾ ਲੈ ਕੇ ਜਾਣ ਵਾਲਾ ਸੀਗਾ ਉਹ ਅਫਗਾਨੀਆਂ ਦੇ ਵਿੱਚ। ਸੋ ਉਸ ਟਾਈਮ ਦੇ ਉੱਤੇ ਪਤਾ ਨਹੀਂ ਸੀ ਹੁੰਦਾ ਵੀ ਇਹ ਸਿੱਖ ਨੇ ਜਾਂ ਕੀ ਨੇ, ਕਿਉਂਕਿ ਜਿਹੜੇ ਅਫਗਾਨ ਦੇ ਸ਼ਾਸਕ ਵੀ ਰਹੇ ਨੇ ਜਾਂ ਉਹਨਾਂ ਦੀਆਂ ਤਸਵੀਰਾਂ ਪ੍ਰਚਲਿਤ ਸੀਗੀਆਂ, ਉਹ ਵੀ ਪੱਗਾਂ ਬੰਨ੍ਹਦੇ ਸੀਗੇ, ਉਹ ਵੀ ਜਿਹੜੇ ਸਿਰ ਦੇ ਉੱਤੇ ਕੁਛ ਨਾ ਕੁਛ ਲੈ ਕੇ ਰੱਖਦੇ ਸੀਗੇ। ਇਸ ਕਰਕੇ ਸਿੱਖਾਂ ਬਾਰੇ ਨਾ ਪਤਾ ਹੋਣ ਕਰਕੇ ਉਦੋਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਅਫਗਾਨੀ ਸ਼ਾਇਦ ਜਿਹੜਾ ਸਮਝਿਆ ਜਾਂਦਾ ਸੀ, ਪਰ ਨਾਵਾਂ ਤੋਂ ਇਹ ਚੀਜ਼ ਇਹਦਾ ਪਤਾ ਲੱਗਦਾ ਆ ਵੀ ਉਸ ਟਾਈਮ ਦੇ ਉੱਤੇ ਵੀ ਜਿਹੜੇ ਸਿੱਖ ਆ ਆਪਣਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਆਪਣਾ ਕਹਿ ਲਓ ਵੀ ਛਾਪ ਜਿਹੜੀ ਉਹ ਛੱਡਦੇ ਗਏ ਨੇ।
ਹੌਲੀ ਹੌਲੀ ਰੀਸਰਚ ਜਿੱਦਾਂ ਆਪਾਂ ਕਰਦੇ ਜਾਵਾਂਗੇ, ਨਿਊਜ਼ ਆਰਟੀਕਲ ਲੱਭਣਗੇ ਜਾਂ ਹੋਰ ਰੀਸਰਚ ਹੋਵੇਗੀ ਨਾਵਾਂ ਤੋਂ ਅਤੇ ਹੋਰ ਕਈ ਚੀਜ਼ਾਂ ਤੋਂ ਜਿਹੜਾ ਬਾਅਦ ਦੇ ਵਿੱਚ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੁੰਦਾ ਆ। ਪਰ ਇੱਕ ਬੜੀ ਚੰਗੀ ਗੱਲ ਆ ਵੀ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਕੋਈ ਛੱਡ ਕੇ ਆਇਆ ਸੀ ਅਤੇ ਇੱਥੇ ਆ ਕੇ ਵੀ ਉਹਨਾਂ ਨੇ ਪੰਜਾਂ ਦਰਿਆਵਾਂ ਹੁਣ ਕਹਿੰਦੇ ਵੀ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ, ਨਾ ਤਾਂ ਉੱਥੇ ਪਾਸਪੋਰਟ ਦੀ ਜ਼ਰੂਰਤ ਆ, ਜਿਹੜੇ ਉੱਥੇ ਲੋਕ ਰਹਿੰਦੇ ਨਾ ਵੀਜ਼ੇ ਦੀ ਜ਼ਰੂਰਤ ਆ। ਪਰ ਬਹੁਤ ਸਾਰੇ ਜਿਹੜੇ ਇਨਡੀਜੀਨੀਅਸ ਪੀਪਲ ਜਿਹੜੇ ਓਰੀਜਨਲ ਲੋਕ ਆ ਉੱਥੇ ਰਹਿੰਦੇ ਆ, ਕਹਿੰਦੇ ਉਹਨਾਂ ਦੇ ਜਿਹੜੇ ਗਾਹਾਂ ਬੱਚੇ ਆ ਜਾਂ ਉਹਨਾਂ ਦੇ ਕਈਆਂ ਦੇ ਲਾਸਟ ਨਾਮ ਜਿਹੜੇ ਪੰਜਾਬ ਸ਼ੋਅ ਹੁੰਦੇ ਹੈਗੇ ਆ ਉਹ ਇਲਾਕੇ ਦੇ ਕਰਕੇ। ਸੋ ਜਿੱਦਾਂ ਮੈਂ ਦੱਸ ਰਿਹਾ ਸੀ ਵੀ ਨਾਲ ਦੇ ਜਿਹੜਾ ਸਟੇਟ ਹੈਗਾ ਆ, ਇੱਕ ਜਿਹੜਾ ਪੰਜਾਬ ਹੋਮਸਟੈਡ ਜਿਹੜਾ ਸੀਗਾ 1880 ਦੇ ਵਿੱਚ ਹਰਜੋਤ ਸਿੰਘ ਜੀ 2000 ਪਾਊਂਡ ਦਾ ਵਿਕਿਆ ਸੀ ਜੀ। ਉਦੋਂ ਕਿਸੇ ਨੇ ਜਿਹੜਾ ਮੈਸਰ ਟਰੈਵਲਸ ਤੇ ਗਿਬਸਨ ਕਰਕੇ, ਆਈ ਥਿੰਕ ਤਿੰਨ ਵੱਖ ਵੱਖ ਬੰਦੇ ਹੋਣੇ ਆ ਜਾਂ ਦੋ ਜਣੇ ਹੋਣਗੇ, ਉਹਨਾਂ ਨੂੰ ਜਿਹੜਾ ਉਹਨਾਂ ਨੇ 2000 ਪਾਊਂਡ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜਾ ਇਸ ਨੂੰ ਖਰੀਦਿਆ ਸੀਗਾ। ਅਲਮੋਰਾ ਬਿਲਕੁਲ ਉਸ ਦੇ ਨਾਲ ਲੱਗਦੀ ਜਿਹੜੀ ਜ਼ਮੀਨ ਆ ਉਸਦਾ ਨਾਂ ਅਲਮੋਰਾ ਜਿਹੜਾ ਉਹ ਰੱਖਿਆ ਹੋਇਆ। ਸੋ ਜੇ ਆਸਟ੍ਰੇਲੀਆ ਦਾ ਪੰਜਾਬ ਦੇਖਣਾ ਤੇ ਉੱਥੋਂ ਦੀਆਂ ਪੰਜ ਦਰਿਆ ਜਿਹੜੇ ਆ ਲੋਗਨ, ਅਲਬਰਟ, ਪਿੰਪੈਨੀਆ, ਕੁਮੈਰਾ ਤੇ ਨੀਰੰਗ ਕਰਕੇ ਜਿਹੜਾ ਉਸਦੇ ਨਾਂ ਹੈਗੇ ਆ। ਸੋ ਪੰਜਾਬ ਦੇ ਬਾਹਰ ਵੀ ਇੱਕ ਹੋਰ ਪੰਜਾਬ ਜਿਹੜਾ ਲੱਭਾ ਆ ਜਿਸਦਾ ਨਾਮ ਵੀ ਪੰਜਾਬ ਜਿਹੜਾ ਉਸੇ ਤਰੀਕੇ ਨਾਲ ਰੱਖਿਆ ਹੋਇਆ। ਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਦੀ ਆਪਾਂ ਜਿਹੜਾ ਜੀ ਸਮਾਪਤੀ ਵੱਲ ਆ। ਸੋ ਸਾਰਿਆਂ ਦਾ ਹੀ ਅਸੀਂ ਜਿਹੜਾ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਘੱਲਿਆ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਨੂੰ ਅਜੇ ਵੀ ਭਰਨ ਦੇ ਲਈ ਸਮਾਂ ਹੈਗਾ, ਜਿਨ੍ਹਾਂ ਨੇ ਅਜੇ ਤੱਕ ਓਬਾਮਾ ਕੇਅਰ ਨਹੀਂ ਲਈ, ਨਵੇਂ ਇੱਥੇ ਕੈਲੀਫੋਰਨੀਆ ਦੇ ਵਿੱਚ ਮੂਵ ਹੋਏ ਹੋ, ਪਰਿਵਾਰ ਦੇ ਵਿੱਚ ਵਾਧਾ ਹੋਇਆ ਆ, ਕੋਈ ਮੂਵ ਹੋਇਆ ਆ, ਕੁਛ ਵੀ ਹੋਇਆ ਹੋਵੇ ਤਾਂ ਜ਼ਰੂਰ, ਜਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਪਲਾਨ ਦੇ ਪ੍ਰਾਈਸ ਬਹੁਤ ਜ਼ਿਆਦਾ ਨੇ, ਤੁਸੀਂ ਉੱਥੇ ਹੋਰ ਵਿਕਲਪ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ। ਬਿਲਕੁਲ ਰਾਜਕਰਮੀਤ ਸਿੰਘ ਜੀ, ਮੈਂ ਦੇਖਿਆ ਵੀ ਕਈ ਜਿਹੜੇ ਕਾਉਂਟੀਜ਼ ਹੈਗੀਆਂ, ਜਿਸ ਤਰ੍ਹਾਂ ਜਿੱਦਾਂ ਤੁਸੀਂ ਜੇ ਸੈਂਤਾ ਕਲਾਰਾ ਕਾਉਂਟੀ 'ਚ ਰਹਿੰਦੇ ਤਾਂ ਇੱਕ ਇੰਸ਼ੋਰੈਂਸ ਕੰਪਨੀ ਤੁਹਾਨੂੰ $5 ਮੰਥਲੀ ਚਾਰਜ ਕਰਦੀ ਤੇ ਦੂਜੀ $200 ਕਰਦੀ ਆ, ਇੰਨਾ ਡਿਫਰੈਂਸ ਕਰ ਲਓ। ਇਸੇ ਤਰ੍ਹਾਂ ਸਨਮਈਕੀਨ ਕਾਉਂਟੀ, ਸਟੈਨਿਸਲਸ ਕਾਉਂਟੀ, ਕਰਨ ਕਾਉਂਟੀ 'ਚ ਜਿਹੜੇ ਇੰਸ਼ੋਰੈਂਸ ਕੰਪਨੀ ਦਾ ਰੇਟ ਬਹੁਤ ਫਰਕ ਆ, ਤੁਸੀਂ ਜ਼ਰੂਰ, ਬਹੁਤ ਹੋਏ ਨੇ, ਬਹੁਤ ਜ਼ਿਆਦਾ ਚੇਂਜ ਹੋਏ ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਇੱਕ ਵਾਰੀ ਕਾਲ ਕਰ ਲਓ, ਚਾਹੇ ਤੁਹਾਡੀ ਪਾਲਿਸੀ ਆਲਰੇਡੀ ਚੱਲ ਵੀ ਰਹੀ ਹੈਗੀ ਆ, ਰਿਨਿਊ ਵੀ ਹੋ ਗਈ ਆ, ਤੇ ਤੁਸੀਂ ਹਜੇ ਵੀ 31 ਜਨਵਰੀ ਤੱਕ ਚੇਂਜ ਕਰ ਸਕਦੇ ਹੋ ਤੇ ਤੁਸੀਂ ਕਾਲ ਕਰ ਲਿਓ 408-272-2500 ਤੇ ਜੀ, 4082722500 ਦੇ ਉੱਤੇ। ਤੇ ਇਸ ਦੇ ਨਾਲ ਨਾਲ ਜਿਹੜਾ ਜੀ ਸਾਡੇ ਅੱਜ ਦੇ ਹੋਰ ਸਪੋਂਸਰਸ ਨੇ, ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲ ਤੋਂ, ਪੌਲ ਨੇਜਰ, ਬਿੰਦਰ ਖਹਿਰਾ, ਜਸਪਾਲ ਸੰਘਾ, ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ ਤੇ ਰਣਜੀਤ ਸਿੰਘ ਮਡੇਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-9796 ਦੇ ਉੱਤੇ। ਤੇ ਇੱਥੇ ਹੀ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਤੁਹਾਨੂੰ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਨਮਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿਮਿਆ, ਕੀ ਹਾਲ ਆ ਤੇਰਾ? ਮੈਂ